ਹਾਂਜੀ, ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ? ਲਓ ਜੀ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ। ਅਤੇ ਅੱਜ ਦਾ ਵਲੋਗ ਸਟਾਰਟ ਹੋ ਚੁੱਕਾ ਅਤੇ ਅੱਜ ਦੇ ਵਲੋਗ 'ਚ ਖਾਸ ਕੰਮ ਸਾਡੇ ਹੀ ਆ, ਮੇਰਾ ਡੈਡੀ ਦਾ। ਡੈਡੀ ਦੇ ਮੇਰੇ ਜਿੰਨੇ ਵੀ ਆਊਟਫਿੱਟਾਂ ਬਣਾਉਣੀਆਂ, ਆਪਾਂ ਜਿੰਨੇ ਵੀ ਫੰਕਸ਼ਨ ਸਾਰਿਆਂ ਦੇ ਕੱਪੜੇ ਬਣਾਉਣੇ ਆ, ਸੋ ਅੱਜ ਆਪਾਂ ਉਹ ਕੰਮ ਕਰਨ ਚੱਲੇ ਹਾਂ। ਮੈਂ ਦੇਖੂੰਗਾ ਥੋੜ੍ਹਾ ਜਿਹਾ ਮੈਚਿੰਗ ਸਾਡੀ ਹੋ ਜਾਵੇ ਤਾਂ ਜ਼ਿਆਦਾ ਵਧੀਆ ਦੋਨਾਂ ਦੀ, ਇੱਦਾਂ ਮੇਰਾ ਪਲੈਨ ਆ। ਅਤੇ ਬਾਕੀ ਹਜੇ ਪਤਾ ਕੁਛ ਨਹੀਂ ਆ, ਪਤਾ ਉੱਦੋਂ ਨਹੀਂ ਲੱਗੂਗਾ ਕੀ ਬਣਦਾ। ਅਤੇ ਹੁਣ ਜਾ ਕੇ ਪਹਿਲਾਂ ਸਿਲੈਕਟ ਕਰ ਲਈਏ, ਜਿਹੜੇ ਡਿਜ਼ਾਇਨ ਸੋਹਣੇ ਸੋਹਣੇ ਆਪਾਂ ਲੱਭ ਕੇ ਤਾਂ ਠੀਕ ਆ, ਕਿਉਂਕਿ ਜਦੋਂ ਪਿੱਛੇ ਇੰਗੇਜਮੈਂਟ ਵਾਲਾ ਸੀਗਾ ਉਹ ਕੱਪੜੇ ਤਾਂ ਸੋਹਣੇ ਸੀ ਪਰ ਉਹ ਬਣਵਾਏ ਲੁਧਿਆਣੇ ਤੋਂ ਸੀਗੇ, ਅਤੇ ਮੰਨ ਲਓ ਉੱਧਰ ਹੁਣ ਫਿਰ ਗੇੜਾ ਬਹੁਤ ਪੈਂਦਾ, ਪਹਿਲਾਂ ਜਾਣਾ ਪਊਗਾ, ਫਿਰ ਚੱਕਣ ਜਾਣਾ ਪੈਂਦਾ, ਉਹਦੇ ਵਿੱਚ ਥੋੜ੍ਹਾ ਨਾ ਤੰਗੀ ਪੇਸ਼ੀ ਆ ਜਾਂਦੀ। ਸੋ ਆਪਾਂ ਨਵਾਂ ਸ਼ਹਿਰ ਹੀ ਦੇਖਣਾ, ਨਵਾਂ ਸ਼ਹਿਰ ਵੀ ਆਪਣੇ ਹੈਗੇ ਇੱਕ ਦੋ ਸ਼ੋਪਸ ਜਿਹੜੇ ਇੱਥੇ ਵਧੀਆ ਮਤਲਬ ਬਣ ਜਾਂਦੇ ਕੱਪੜੇ, ਅਤੇ ਬਾਕੀ ਆਪਾਂ ਦੇਖਦੇ ਹਾਂ ਜਾ ਕੀ ਬਣਦਾ। ਅਤੇ ਹੁਣ ਮੈਂ ਕਹਿਣ ਮੰਮੀ ਡੈਡੀ ਸਾਰੇ ਚੱਲੇ, ਉਹਨਾਂ ਨੇ ਮੈਚਿੰਗ ਮੂਚਿੰਗ ਦੇਖਣੀ ਹੋਣੀ ਆ, ਅਤੇ ਉਹ ਕੱਪੜੇ ਲੈ ਆਈਏ। ਉਹ ਆ ਜਾਓ, ਰੈਡੀ ਆ, ਚਲ ਆ ਜਾਓ ਫਿਰ। ਅਤੇ ਚਲੋ ਬਾਕੀ ਜਾਂਦੇ ਜਾਂਦੇ ਘਰ ਦੇ ਕੰਟੀਨਿਊ। ਸ਼ੋਪਿੰਗ ਕਰਨ ਗਏ, ਲੈ ਕੇ ਆਉਂਦੇ ਹੁੰਦੇ ਬੈਗ, ਮੰਮੀ ਇੱਧਰ ਪਹਿਲਾਂ ਹੀ ਲੈ ਕੇ ਆ ਗਏ। ਜਿਹੜੇ ਘਰੇ ਉਹ ਵੀ ਤਾਂ ਲੈ ਕੇ ਹੀ ਜਾਣੇ ਆ। ਇਹਨਾਂ 'ਚ ਹੈਗੇ ਥੋੜ੍ਹੇ ਜਿਹੇ ਕੱਪੜੇ, ਉਹ ਸੈਟਿੰਗ ਜੀ ਕਰਾਉਣੀ ਨਾਲੇ। ਔਰ ਡੈਡੀ ਦੇਖਦਾ, ਡੈਡੀ ਕਹਿੰਦਾ ਮੈਨੂੰ ਬੁਖਾਰ ਚੜ੍ਹ ਗਿਆ ਲੱਗਦਾ ਮਾੜਾ ਜਿਹਾ, ਪਹਿਲਾਂ ਹੁਣ ਡੈਡੀ ਨੂੰ ਦਵਾਈ ਦਵਾ ਕੇ ਲੈ ਕੇ ਜਾਂਦੇ ਹਾਂ, ਫਿਰ ਜਾ ਕੇ ਦੇਖਦੇ ਹਾਂ ਕੀ ਬਣਦਾ। ਇਹ ਬੱਚਿਆ ਸੀਗਾ, ਇਹ ਬੱਚਿਆ ਸੀ, ਮੇਰੇ ਬੱਚੇ ਨੇ ਕੰਮ ਕਰਾਇਆ, ਕੰਪਿਊਟਰੀ ਦਾ ਕੰਮ ਹੀ ਗਿਆ। ਸਹੀ ਗੱਲ ਆ, ਚੱਲ ਕੋਈ ਨਹੀਂ। ਸੋ ਲਓ ਜੀ, ਸਭ ਤੋਂ ਪਹਿਲਾਂ ਆ ਗਏ ਆਪਾਂ TCM। ਇੱਥੋਂ ਹੁਣ ਪਹਿਲਾਂ ਸਿਲੈਕਟ ਕਰ ਲਈਏ ਕੱਪੜਾ ਕਿਹੜਾ ਲੈਣਾ। ਪੈਂਟ ਡੈਡੀ ਦਾ ਫਾਈਨਲ ਹੋ ਗਿਆ, ਹੁਣ ਉੱਪਰ ਆਏ ਹਾਂ, ਬਲੇਜ਼ਰ ਦੇਖਣੇ ਆ ਇੱਥੋਂ। ਦੁੱਖ, ਡੈਡੀ ਕਹਿੰਦਾ ਬਲੇਜ਼ਰ ਵੀ ਪਾਏਗਾ, ਕੀ ਹੈ ਅਰੇ ਚੱਕ ਲੈ ਪਵਨੇ ਨੇ, ਡਿਜ਼ਾਈਨਰ ਪਾਏਗੇ, ਡਿਜ਼ਾਈਨਰ ਕੁੜਤੇ। ਪੂਰਾ ਟੇਬਲ ਆਪਣੇ ਕੱਪੜਿਆਂ ਨਾਲੇ ਭਰਿਆ ਆ, ਜਿਹੜੇ ਲੈ ਲਏ ਆ ਅਸੀਂ ਬੀਬੀਆਂ। ਜਿੰਨਾ ਟਾਈਮ ਨਹੀਂ ਲਾਈਦਾ, ਅਸੀਂ ਮਿਹਨਤ ਲਾਈਦਾ, ਮੈਂ ਤੇ ਡੈਡੀ ਨੇ ਅਸੀਂ ਵੀ ਹੈਲਪ ਕਰਦੇ ਹੀ ਆ। ਚਲੋ ਨਾ, ਕਹਿੰਦੇ ਸਾਡੇ ਲਈ ਕਾਫੀ ਵੀ ਆ ਗਈ, ਵਾਹ ਕਿਆ ਬਾਤ ਹੈ। ਚਲੋ ਬੁਖਾਰ ਚੜ ਗਿਆ, ਤਿੰਨ ਚਾਰ ਦਿਨ ਹੋ ਗਏ ਸਾਨੂੰ ਕਹਿੰਦੇ ਨੂੰ ਇਹ ਸਕੂਟਰੀ ਤੇ ਨਾ ਘੁੰਮਿਆ ਕਰ, ਠੰਡ ਬਹੁਤ ਹੈ ਇੱਦਾਂ ਉੱਦਾਂ। ਪਹਿਲਾਂ ਡੈਡੀ ਮੰਨਿਆ ਨਹੀਂ ਸਕੂਟਰੀ ਦੇ, ਕੋਈ ਉਹ ਬੁਖਾਰ ਚੜਿਆ ਹੁਣ ਦੇਖਦਾ। ਸੋ ਹੁਣ ਮੈਂ ਜਾਂਦੀ ਜਾਂਦੀ ਦਵਾਈ ਲੈ ਕੇ ਜਾਂਦੇ ਹਾਂ। ਸੋ ਹੁਣ ਆ ਗਿਆ ਬੁਟੀਕ, ਮੰਮੀ ਨੂੰ ਵੀ ਮੈਂ ਕਿਹਾ ਬੁਟੀਕ ਦਿਖਾ ਲਿਆਈਏ, ਮੰਮੀ ਨੂੰ ਬਹੁਤ ਟਾਈਮ ਹੋ ਗਿਆ ਬੁਟੀਕ ਆਈ ਨੂੰ। ਚਲੋ ਲਓ ਵੀ ਉੱਥੋਂ ਆਪਾਂ ਆ ਗਏ, ਹੁਣ ਕਾਰਡ ਕਲਿੱਕ ਕਰਨਾ, ਉਹ ਲੋਕਿੰਗ ਕਰ, ਕਾਰਡ ਲੈਣਾ ਹੈ ਕਿੱਦਾਂ ਸੀਗੇ? ਹਾਂਜੀ ਹਾਂਜੀ, ਇਹੀ ਇਹੀ ਆ। ਓਕੇ, ਥੈਂਕ ਯੂ ਵੀਰੇ, ਹੋਰ ਠੀਕ ਠਾਕ? ਲਓ ਵੀ 3:30 ਹੋ ਗਿਆ ਅਤੇ ਘਰ ਆ ਗਏ। ਪਹਿਲਾਂ ਮੰਮੀ ਲੈ ਕੇ ਜਾਓ ਅੰਦਰ ਚੱਕ ਕੇ, ਦੂਸਰਾ ਡੱਬਾ ਬਾਬਿਆਂ ਦਾ। ਮਾਤਾ ਰਾਣੀ ਸੁੱਤੀ ਪਈ ਆ TV ਦੇ, ਫਿਰ ਨਾਟਕ ਦੇਖਦੀ। ਤੇ ਆਹ ਲਓ ਇੱਧਰ ਹੋ ਗਏ ਕਾਰਡ, ਮਾਤਾ ਰਾਣੀ ਤੇਰੇ ਕਾਰਡ ਆ ਗਿਆ ਉਹਦੇ। ਅੱਛਾ ਚਲੋ ਚਲੋ ਕਰਦੇ ਫਿਰ ਕੰਟੀਨਿਊ। 4 ਵੱਜਣ ਲੱਗੇ ਅਤੇ ਹੁਣੇ ਐਮਰਜੈਂਸੀ 'ਚ ਮੈਂ ਘਰ ਆਇਆ, ਅਤੇ ਹੁਣ ਐਮਰਜੈਂਸੀ 'ਚ ਫਿਰ ਚੱਲਾਂ। ਹੁਣ ਮੈਂ ਤਾਂ ਚੱਲਿਆ ਕਿਉਂਕਿ ਆਪਣੇ ਕੋਲ ਟਾਈਮ ਥੋੜ੍ਹਾ ਆ, ਸੋਚਿਆ ਅੱਜ ਆਪਾਂ ਸ਼ਾਇਦ ਲੁਧਿਆਣੇ ਸਾਈਡ ਦਾ ਗੇੜਾ ਕੱਢਿਆ ਹੀ ਕਾਰਡ ਲੈ ਕੇ, ਪਿੱਛੇ ਵੀ ਦੇਖ ਲਈ ਬਾਹਰ ਆਉਣੇ ਅਲਜਵੇ, ਅਤੇ ਤਾਂ ਕਰਕੇ ਹੁਣ ਮੈਂ ਚੱਲਿਆ ਹੈਗਾ ਕਟਿੰਗ ਕਰਾਉਣ। ਸੋ ਕਰਾ ਲਵਾਂ, ਹੁਣ ਮੇਰੇ ਕੋਲ ਟਾਈਮ ਨਹੀਂ ਲੱਗਣਾ ਹੈਗਾ, 4-5 ਦਿਨ ਡੇਲੀ ਆਪਾਂ ਕਿਤੇ ਨਾ ਕਿਤੇ ਕਾਰਡ ਦੇਣ ਜਾਇਆ ਕਰਨਾ। ਚਲੋ ਬਾਏ, ਅਤੇ ਬਾਕੀ ਮੈਂ ਕਰਦਾ ਫਿਰ ਹਾਲ ਚੇਂਜ ਵੀ ਚੰਗਾ ਜਿਹਾ, ਬਾਏ ਬਾਏ। ਹਾਂਜੀ, ਕੀ ਹਾਲ ਚਾਲ ਆ ਪ੍ਰਧਾਨ? ਮੈਂ ਤਾਂ ਚੰਗਾ ਕਹਿੰਦਾ, ਵਿਆਹ ਹੋਇਆ ਮੰਮੀ ਤੋਂ ਗਾਲਾਂ ਖਾਣ ਜੋਗਾ ਹੋ ਗਿਆ। ਫਿਰ ਤਾਂ ਮੰਮੀ ਮੈਨੂੰ ਖਿਜੀ ਜਾਂਦੀ, ਮੰਮੀ ਨੂੰ ਪਹਿਲੇ ਸਮਝਾ ਦਿਓ ਵਿਆਹ ਤੋਂ ਮੁੰਡੇ ਨੂੰ ਖਿਜਣਾ ਨਹੀਂ।
ਮੁੰਡੇ ਜਾਂਦਾ ਹੀ ਇਸ ਟਾਈਮ ਕੀ ਕਰੇ, ਮੁੰਡੇ ਦੇ ਉੱਲੂ ਵਾਲੀਆਂ ਅੱਖਾਂ ਤੁਸੀਂ ਲਵਾਈਆਂ ਆ, ਔਰ ਮੁੰਡੇ ਦੀਆਂ ਅੱਖਾਂ ਹੀ ਰਾਤ ਨੂੰ ਖੁੱਲਦੀਆਂ ਪਏ ਸੀ, ਕਾਰਡ ਵੰਡਣ ਚੱਲੇ ਆ ਅਸੀਂ, ਟਾਈਮ ਨਾਲ ਵਿਹਲੇ ਹੋ ਗਏ ਤੁਹਾਨੂੰ ਦੱਸਿਆ ਜੀ ਐਮਰਜੈਂਸੀ, ਮੈਂ ਫਿਰ ਵਾਲ ਵੂਲ ਕਟਾਉਣ ਚਲੇ ਗਿਆ ਅਤੇ ਹੁਣ ਵਾਲ ਕਟਾ ਕੇ ਆਇਆ ਅਤੇ ਟਾਈਮ ਹੋ ਗਿਆ ਸ਼ਾਮ ਦੇ 6:30 ਅਤੇ ਹੁਣ ਆਪਾਂ ਨਿਕਲਣ ਲੱਗੇ ਹਾਂ, ਸੋ ਆ ਰਹੇ ਆਪਣੇ ਹੱਥ 'ਚ ਕਾਰਡ, ਠੀਕ ਆ, ਅਤੇ ਦੇਣ ਚੱਲੇ ਆਪਾਂ ਪਹਿਲਾਂ ਕਾਰਡ ਦੁਰਾਹੇ, ਕਿਉਂਕਿ ਉੱਧਰਲਾ ਗੇੜਾ ਸਾਨੂੰ ਇੱਦਾਂ ਪੈਂਦਾ ਸੀਗਾ, ਉੱਧਰ ਨੂੰ ਫਿਰ ਸਪੈਸ਼ਲ ਇੱਕ ਦਿਨ ਜਾਣਾ ਪੈਣਾ ਸੀ, ਸੋ ਅਸੀਂ ਸੋਚਿਆ ਵੀ ਅੱਜ ਕਾਰਡ ਤਾਂ ਮਿਲਿਆ ਹੀ ਆ ਸਾਡਾ, ਉਹ ਦਿਨ ਨਿਬੜ ਜਾਵੇ, ਉਹ ਤੋਂ ਬਾਅਦ 'ਚ ਫਿਰ ਕੱਲ੍ਹ ਤੋਂ ਆਪਾਂ ਰਿਸ਼ਤੇਦਾਰੀ ਸਾਰੇ ਪਾਸੇ ਕਾਰਡ ਵੰਡਣੇ, ਉਸ ਹਿਸਾਬ ਨਾਲ ਸਾਨੂੰ ਇੱਧਰ ਸਿਰਫ ਇੱਕੋ ਕਾਰਡ ਦੇਣਾ ਪੈਣਾ, ਬਾਕੀ ਪਾਸੇ ਅਸੀਂ ਇੱਦਾਂ ਆ ਹਰ ਪਾਸੇ 5-6 ਕਾਰਡ ਕੱਢਣੇ ਆ ਦਿਨ ਦੇ, ਹੈ ਨਾ ਮੈਂ ਇੱਦਾਂ ਆ ਜਿਹੜੇ ਖਾਸ ਖਾਸ ਆ, ਹਾਂ ਹਜੇ ਮੈਂ ਦੱਸਿਆ ਨਹੀਂ ਸੀ ਤੁਹਾਨੂੰ, ਦੱਸ ਦਿਓ ਤੁਸੀਂ ਸ਼ੀਸ਼ੇ ਤਿਆਰ ਹੋ ਕੇ ਆਈ ਨੀ, ਚਲ ਆ ਮਾਫ ਕਰ, ਤੈਨੂੰ ਪਤਾ ਕਿਹਦਾ ਆ ਲਿਆ, ਇੱਧਰ ਛੱਡ ਦੇ ਮੈਂ ਲੈਣਾ ਯਾਰ, ਕਹਿਣਾ ਮਜ਼ਾਕ ਵਾਲੀਆਂ ਗੱਲਾਂ ਨਹੀਂ ਹੋਈਆਂ, ਆਪਣਾ ਮੰਮੀ ਨੂੰ ਆਪਣਾ ਲੈ, ਚੋਰ ਨੀ ਹੈ ਮੁੰਡੇ ਵਾਲੀਆਂ ਚੀਜ਼ਾਂ ਲਈ ਜਾਂਦੀ ਤੂੰ, ਤੂੰ ਕੁੜੀ ਆ ਤਾਂ ਕੁੜੀ ਬਣ ਕੇ ਰਹਿ, ਤੈਨੂੰ ਮੈਂ ਦੱਸਾਂ ਆਹ ਚੱਕ ਆ ਦੇ, ਇਹ ਆਪਾਂ ਸ਼ਿਮਲੇ ਤੋਂ ਲੈ ਜਾਓ, ਘੋੜਿਆਂ ਤੇ ਬੈਠੇ ਸੀ, ਤੈਨੂੰ ਯਾਦ ਆ, ਹੈਲੋ ਇੱਥੇ ਤੈਨੂੰ ਪਤਾ ਕੀ ਹੋਇਆ ਸੀ, ਛੇਤੀ ਯਾਦ ਚੀਜ਼ ਦਿਖਾਵਾਂ, ਦੇਖੋ ਯਾਦ, ਉਹ ਬਸ ਖੋਲੇ ਖੋਲੇ ਤਾਂ ਖੋਲੇ, ਤੈਨੂੰ ਮੇਰਾ ਸਾਰਾ ਕੁਝ ਦੱਬਿਆ ਪਿਆ, ਕੋਈ ਕੋਟੀ ਸਵੈਟਰ ਨਵਾਂ ਲਿਓ ਉਹ ਦੱਬ ਲੈਂਦੀ ਆਉਂਦਾ ਜੀ, ਕਹਿੰਦੀ ਇਹ ਤੇਤੀ ਤਾਂ ਘੱਟ ਸੋਹਣਾ ਲੱਗਦਾ, ਮਿੱਥ ਦੇਖ ਸੋਹਣਾ ਲੱਗਦਾ, ਪਾ ਕੇ ਦਿਖਾਉਣ ਆ ਜਾਂਦੀ, ਆਹ ਦੇਖੋ ਇੱਦਾਂ, ਸਫਾਈਆਂ ਦਿੰਦੀ ਆ, ਚੱਲ ਠੀਕ ਆ ਭਾਈ, ਚਲੋ ਚਲੋ ਮੰਮੀ ਠੀਕ ਆ, ਮਿਲ ਲੈ ਮੰਮੀ ਨੂੰ ਬਿਤਰੀਏ, ਆ ਮੰਮੀ ਕਿੱਦਾਂ ਦੇ ਕੋਲ ਰੱਖਿਓ ਕਾਰਡ, ਸਾਰੇ ਰਾਤ ਨੂੰ ਵੰਡਣ ਜਾਣੇ ਆ ਕਾਰਡ, ਉਹ ਲੈ ਫੜ ਯਾਰ, ਚੋਰ ਨੀ ਜੇ, ਉਹ ਆਪਣੀ ਵੀ ਚੀਜ਼ ਲੈ ਲਿਆ ਕਰ, ਮੇਰੀਆਂ ਚੀਜ਼ਾਂ ਲਈਆਂ ਸਾਰੀਆਂ ਚੱਕ ਲੈਂਦੀ ਆਈਆਂ, ਚੱਲ ਮੰਮੀ ਠੀਕ ਆ ਯਾਰ, ਇਹਦਾ ਤਾਂ ਕੰਮ ਹੀ ਆ ਤੁਹਾਨੂੰ ਪਤਾ ਹੀ ਆ, ਚੱਲ ਚੱਲੀਏ ਅਤੇ ਫਿਰ ਆ ਕੇ ਦੇਖਦੇ ਸਵੇਰ ਨੂੰ ਮਿਲਦੇ ਹਾਂ, ਓਕੇ ਚਲੋ ਬਾਏ ਬਾਏ, ਡੱਬਾ ਜਾਂਦੀ ਜਾਂਦੇ ਲੈਣਾ ਆ, ਕਿਉਂਕਿ ਡੱਬੇ ਕੱਲ੍ਹ ਨੂੰ ਚੱਕਣੇ ਸਾਰੇ ਰਿਸ਼ਤੇਦਾਰੀ ਜਿਹੜੇ ਲੈ ਕੇ ਜਾਣੇ ਆ, ਅਤੇ ਅੱਜ ਆ ਕਾਰਡ ਡੱਬਾ ਜਾਂਦੀ ਜਾਂਦੀ ਮੈਂ ਫੜ ਕੇ, ਹਾਂਜੀ ਠੀਕ ਆ, ਚਲੋ ਸਹੀ ਆ, ਡੈਡੀ ਠੀਕ ਆ ਹੁਣ, ਹੋਇਆ ਠੀਕ, ਚਲੋ ਡੈਡੀ ਨੇ ਬੁਖਾਰ ਚੜਾ ਲਿਆ ਇੱਕ ਸਾਡੇ ਨੇ, ਡੈਡੀ ਠੀਕ ਆ, ਪਿਆ ਫਰਕ, ਦਵਾਈ ਵਧੀਆ ਸੀ, ਦਵਾਈ ਸੱਚੀ ਡੈਡੀ ਵਧੀਆ ਹੁੰਦੀ ਇਹਦੀ, ਮੈਂ ਭਿੱਜ ਗਿਆ ਗਰਮੀ ਨਾਲ, ਬਹੁਤ ਵਧੀਆ ਦਵਾਈ ਦਿੰਦਾ, ਦੀਦੀ ਠੀਕ ਨਹੀਂ ਹੁੰਦੀ ਸੀ ਦਿਲ, ਇਸੇ ਦਵਾਈ ਨਾਲ ਠੀਕ ਹੋ ਗਈ, ਕੋਈ ਕਹਿੰਦਾ ਨਾ ਖਰਾਕ ਕਹਿੰਦੇ ਤੇ ਮੇਰੇ ਵਾਲੀ, ਹਾਂ ਤੇ ਉਹ ਦੇਖੋ ਫੌਜੀ ਰਾਮ ਪਈ ਆ, ਉਹ ਵੀ ਪੀਲਾ ਘੁੱਟ ਹੁਣ ਮੈਂ ਰੱਖੀ ਇੱਥੇ, ਗਲਾਸੀ ਕੇ ਵੇਲੇ ਚ ਕਾਮ ਚੁਕੋ ਮੈਨੂੰ ਹੋਊਗਾ, ਚਲੋ ਆ ਲੈ ਫੜ ਕਾਰਡ, ਚਲੋ ਠੀਕ ਆ, ਚੱਲੀਏ ਅੱਜ ਅਸੀਂ ਆਪ ਮੂਹਰੇ ਡੈਡੀ ਦਾ ਰੱਖ ਰਹੇ ਹਾਂ, ਵੀ ਪੀਓ ਅੱਜ, ਡੈਡੀ ਕਹਿੰਦਾ ਨਾ ਜੀ ਨਾ, ਦੇਖ ਲਾ ਮੰਮੀ ਏਦਾਂ ਆ, ਕਹਿ ਕਹਿ ਸੋਚਿਆ ਇਹਨੇ ਘਰ ਦਾ ਕਿੰਨਾ ਚੰਗਾ, ਕੋਈ ਧੱਕੇ ਨਾ ਵੀ ਕਹਿੰਦਾ ਤੂੰ ਮਾਣ ਨਹੀਂ ਦਿੰਦਾ, ਅੱਜ ਦੀ ਦਿਹਾੜੀ ਆ, ਕੋਈ ਕਹਿੰਦਾ ਹੀ ਆ ਅੱਜ ਤੈਨੂੰ ਮਾਣ ਹੋਣਾ ਚਾਹੀਦਾ, ਮੇਰੇ ਘਰ ਵਾਲਿਆਂ ਨੂੰ ਕਹਿੰਦੇ ਵੀ ਤਾਂ ਵੀ ਨਹੀਂ ਪੀਂਦਾ, ਅੱਜ ਅਸੀਂ ਕਹਿੰਦੇ ਪੀਲਾ ਠੀਕ ਹੋ ਜਾਵੇ, ਇਹ ਬਾਤ ਦੇਖ ਲਓ, ਹਿਸਾਬ ਲਾ ਲਓ ਤੁਸੀਂ, ਚਲੋ ਠੀਕ ਆ, ਓਕੇ ਚਲ ਚੰਗਾ ਵੀ ਸ਼ੇਰਾ, ਬਾਏ ਬਾਏ ਬਾਏ, ਧਿਆਨ ਨਾ ਜਾਇਓ ਤੇ ਟਾਈਮ ਨਾ ਕੱਲ ਨੂੰ ਘਰੇ ਆਇਓ, ਨਾ ਮੇਰਾ ਨੱਕ ਦਿਖਾਇਆ ਨੀ, ਹੱਥ ਦਿਖਾ ਲਿਆ ਤੇਰਾ, ਮਹਿੰਦੀ ਲਾ ਲਾ, ਅਗਲੀ ਮਹਿੰਦੀ ਲਵਾਉਣੀ ਨੀ, ਲਾਉਣੀ ਪਈ ਆ, ਆ ਸਾਡੀ ਤਾਂ ਰੋਟੀ ਨਾਲੇ ਖਾ ਕੇ ਕਰਨ ਸਾਰੀ, ਚੱਲ ਠੀਕ ਆ, ਪਿਛਲੀ ਵਾਰ ਵੀ ਆਪਾਂ ਰੁਕੇ ਸੀ, ਆਉਂਦੇ ਹੋਏ ਅੱਜ ਫੇਰ ਰੁਕੇ ਹਾਂ, ਸੋ ਇੱਥੋਂ ਆਪਾਂ ਲੈ ਕੇ ਜਾਣੀ ਹੈਗੀ ਮਠਿਆਈ,
ਕੋਈ ਡੱਬੇ ਤੁਹਾਨੂੰ ਦੱਸਿਆ ਆਪਾਂ ਇਹ ਭੁੱਲੇ ਆਪਣੇ ਕਾਰਡ ਨਾਲ, ਸੋ ਉਹਦੇ ਕਰਕੇ ਆਪਾਂ ਪਹਿਲਾਂ ਇੱਥੋਂ ਲੈਣੇ ਨਾਲ ਹੁਣ। ਚਲੋ ਚੱਲ ਆ ਜਾਓ, ਉਹ ਤਾਂ ਵਧੀਆ ਰਹਿ ਗਿਆ ਭਾਈ, ਬਾਕੀਆਂ ਤਾਂ ਕਹਿੰਦੇ ਲੱਡੂ ਲੁੱਡੀ ਮਿਲਣੇ ਸੀਗੇ, ਇਹਨੂੰ ਤਾਂ ਬਰਫੀ ਮਿਲ ਗਈ ਭਾਨੇ ਨਾਲ, ਜੇ ਡੱਬੇ ਆਪਾਂ ਲਏ ਨਹੀਂ ਸੀ। ਹੈ ਦੇਖਿਆ ਜਿਹਦੀ ਕਿਸਮਤ ਜੋ ਲਿਖਿਆ ਖਾਣਾ, ਆਹ ਫੜ ਲਾ ਸਿਰ ਢੱਕ ਕੇ ਤੁਰੀਆਂ ਆ, ਰੋਟੀ ਬਣਾਉਣ ਲੱਗੀਆਂ ਹੋਰ ਆਹ ਚੌਂਕਾਂ ਵੀ ਚੱਲੀ ਹੁੰਦੀਆਂ। ਚਾਬੀ ਕਿਹਦੇ ਕੋਲ ਆ, ਤੂੰ ਗੱਡੀ ਦਾ ਲੋਕ ਕਿੱਦਾਂ ਖੋਲ੍ਹਣ ਲੱਗੀ ਵਾ ਹੋਰ। ਚਲੋ ਕੀ ਕਢਾਉਣੇ, ਆਹੋ ਕਢਾਉਣੇ ਸੋਹਣੇ ਹੁੰਦੇ ਆ। ਚਲੋ ਚੱਲੀਏ ਆਪਾਂ, ਆ ਗਏ ਸੀ ਮਾਛੂਵਾੜੇ। ਉੱਥੇ ਮੈਂ ਬਰਫੀ ਟੇਸਟ ਕਰਨ ਲੱਗਿਆ, ਕਿਰਨ ਨੂੰ ਮੈਂ ਮਾੜੀ ਜਿਹੀ ਦਿੱਤੀ, ਮੈਂ ਕਹਿੰਦਾ ਖਾਈ, ਕਹਿੰਦੀ ਨਾ ਨਾ ਮਿੱਠਾ ਨਹੀਂ, ਨਾ ਨਾ ਮੈਂ ਨਹੀਂ ਖਾਂਦੀ। ਇੱਧਰ ਦੇਖੋ ਪੇਸਟੀਆਂ ਦੋ ਦੋ, ਕਹਿੰਦੀ ਇੱਕ ਚੋਕਲੇਟ ਰੱਖ ਦਿਓ, ਇੱਕ ਨਾਲ ਬਾਈਟ ਵੀ ਕਰ ਦਿਓ, ਮੈਨੂੰ ਟੇਸਟ ਬਹੁਤ ਵਧੀਆ ਲੱਗਦਾ ਉਹਨਾਂ ਦਾ ਰਲਾ ਕੇ। ਹੈਂ ਉਹ ਬਰਫੀ ਜ਼ਿਆਦਾ ਸੀਗਾ ਇਹਨਾਂ ਨੂੰ ਸ਼ੂਗਰ, ਇੰਨੀ ਕੁ ਬਰਫੀ ਉਹਨੂੰ ਇੰਨੇ ਨਖਰੇ ਕਰਾਏ ਨਾ, ਸਾਰਿਆਂ ਨੂੰ ਪਤਾ ਲੱਗ ਗਿਆ ਉੱਥੇ ਵੀ ਹਾਂ ਵੀ ਉਹਦੇ ਘਰ ਵਾਲਾ ਧੱਕਾ ਕਰਦਾ ਉਹਨਾਂ ਵਿਚਾਰਾ ਉਹਨੂੰ, ਕਹਿੰਦਾ ਵੀ ਲੈ ਖਾ ਲਾ ਇਹ, ਕਈਆਂ ਦੀ ਮੂਹਰੇ ਮੈਨੂੰ ਮਿੱਠਾ ਖਾਂਦੀ ਨਹੀਂ ਕੁੜੀ, ਉਦੋਂ ਦੋ ਪੇਸਟੀਆਂ ਰਖਾਈਆਂ ਸਮਝ ਗਏ ਸਾਰੇ ਜਾਣੇ, ਕਹਿੰਦਾ ਇਹਦੇ ਸਾਰੀ ਜੀਭੇ ਹੋਰ ਪਾਸੇ ਸੀ ਲੱਗੀ ਉਹ ਔਖਾ। ਚਲੋ ਉਹ ਤਾਂ ਕਹਿੰਦਾ ਪਿਆਰ ਦਾ ਲਫ਼ਜ਼ ਹੁੰਦਾ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ, ਜਿਹੜਾ ਸ਼ਰੇਆਮ ਕਹਿ ਸਕਦੇ ਹਾਂ ਆਪਾਂ ਏਦਾਂ। ਚਲੋ ਸੀਟ ਬੈਲਟ ਲਾ ਲਾ, ਇਹਦੇ ਪੇਸਟੀਆਂ ਸਸਤੀਆਂ ਆ ਗਈਆਂ, ਚਲਾਣ ਮਹਿੰਗਾ ਪੈ ਜਾਣਾ ਆਪਾਂ ਨੂੰ ਹੋਰ। ਚਲੋ ਚਲੀਏ ਕਰਦੇ ਹਾਂ ਫਿਰ ਜਾ ਕੇ ਵਲੌਗ ਕੰਟੀਨਿਊ ਬ੍ਰੋ ਜਾ ਕੇ। ਟਾਈਮ 8:02 ਹੋ ਗਏ, ਲੇਟ ਹੋ ਗਏ, ਹੱਥ ਵੀ ਲਵੇੜ ਲਏ, ਥੋੜ੍ਹਾ ਜਿਹਾ ਚੱਕਰ ਪੈ ਗਿਆ ਸੀ ਪਰਲੇ ਪਾਸੇ ਟਾਇਰ ਦਾ, ਤੁਹਾਨੂੰ ਮੈਂ ਪੁੱਜ ਕੇ ਦੱਸਦਾ। ਚੱਕਰ ਇਹ ਪੈ ਗਿਆ ਕਿ ਉੱਥੇ ਟੋਆ ਸੀਗਾ ਇੱਕ ਟਾਇਰ ਦੇ ਬਰਾਬਰ ਹੀ ਐਨ, ਗੱਡੀ ਥੋੜ੍ਹੀ ਜਿਹੀ ਮਤਲਬ ਹੌਲੀ ਸੀਗੀ, ਜੇ ਤੇਜ਼ ਹੁੰਦੀ ਫਿਰ ਤਾਂ ਚੱਕਰ ਨਹੀਂ ਪੈਣਾ ਸੀ। ਉਹ ਟਾਇਰ ਦੇ ਵਿੱਚ ਵੱਜਣ ਜਿਹੜਾ ਵੀਲ ਅਰਕ ਹੁੰਦਾ ਨਾ ਸਾਈਡ ਦਾ, ਉਹ ਟੁੱਟ ਗਿਆ ਆਪਣੇ, ਸੋ ਤੁਹਾਨੂੰ ਮੈਂ ਦਿਖਾਉਣਾ। ਬਾਕੀ ਹੁਣ ਦੇਖਦੇ ਹਾਂ ਕੀ ਬਣਦਾ, ਜਾਂ ਉਹਨਾਂ ਹੀ ਸੈਟਿੰਗ ਹੋਊਗੀ ਜਾਂ ਫਿਰ ਨਵਾਂ ਫੋਨ ਆ। ਮੈਂ ਕਿਹਾ ਪਰਾਹੁਣੇ ਨਿਕਲੇ ਨਹੀਂ ਅੱਜ ਬਾਹਰ, ਇਹ ਤਾਂ ਮੋਹਰੇ ਖੜੇ ਹੁੰਦੇ ਆ। ਅੱਛਾ ਚਲੋ ਦੇਖਦੇ ਹਾਂ ਕੀ ਬਣਦਾ, ਪਹਿਲੀ ਵਾਰੀ ਹੋਇਆ ਉਦਾਂ ਏਦਾਂ। ਉਹ ਆ ਗਏ ਭਾਜੀ, ਗੱਲ ਵੀ ਸਹੀ ਆ ਉਦਾਂ। ਕਿੰਨੇ ਕਿੰਨੇ ਵਜੇ ਆਏ ਨੇ? 8:15 ਆਏ ਹੋ, 8:30 ਹੋਏ ਨੇ, 15 ਮਿੰਟ ਹੋਏ ਨੇ। ਟਾਈਮ ਦਿਖਾ ਕੇ ਆਇਆ, ਅੱਜ ਤਾਂ ਅਸੀਂ 8 ਵਜੇ ਆ। ਹੋਰ ਭਾਜੀ ਠੀਕ ਠਾਕ? ਹਾਂਜੀ ਓਕੇ ਰਿਪੋਰਟ, ਓਕੇ ਰਿਪੋਰਟ। ਆ ਤਾਂ ਜਾਈਦਾ, ਪਵਨ ਨੇ ਮੇਰੇ ਨੇ ਗੱਲ ਹੀ ਕੱਟਤੀ ਮੇਰੀ। ਆ ਤਾਂ ਜਾਈਦਾ ਹੀ ਆ ਪਵਨ ਨੇ ਕਿ ਨਹੀਂ? ਸਹੀ ਗੱਲ ਆ, ਇਦਾਂ ਗੱਲ ਕਰੋ। ਚਲ ਪਹਿਲਾਂ ਜਵਾਬ ਸੋਚ ਲਿਆ ਇਹਨਾਂ ਨੇ, ਕਿਉਂਕਿ ਜਾਣ ਕੇ ਵੀ ਹੋ ਚੁੱਕੀ ਸੀ। ਆ ਕਈ ਕੀ ਆਉਂਦੇ ਵੀ ਨਾ, ਗੱਲ ਤਾਂ ਸਹੀ ਆ। ਆ ਭਾਜੀ ਵੀ ਤੇ ਨਾਲ ਰਲ ਗਏ। ਹੈਲੋ ਭਾਜੀ, ਕਹਿੰਦੇ ਕਈ ਲੋਕ ਆਉਂਦੇ ਵੀ ਨਹੀਂ, ਕਈ ਲੋਕ ਆਉਂਦੇ ਵੀ ਨਹੀਂ, ਸਹੀ ਗੱਲ ਆ, ਨਹੀਂ ਆਉਂਦੇ, ਪ੍ਰੋਮਿਸ ਕਰਕੇ ਵੀ ਨਹੀਂ ਆਉਂਦੇ। ਆ ਦੇ ਲੈ ਟਾਈਮ ਹੋ ਕੇ ਬਹਿ ਗਈ ਵੀ ਆਈ ਆ ਵੀ ਜਾਂਦੇ, ਸਹੀ ਗੱਲ ਨਹੀਂ ਆ। ਉਹ ਪੁੱਛਣ ਦੇ ਹਾਂ, ਪੁੱਛਣ ਦੇ ਮੂਡ ਚ ਆ, ਲੂੰਗੀ ਹਾਂ ਅਸੀਂ ਆ ਗਏ ਵਿਆਹ ਨੂੰ। ਹਾਂ ਵਿਆਹ ਤਾਂ ਪਹਿਲੇ ਲੈ ਜੀਆਂ, ਕਹਿੰ ਤੂੰ ਹੀ ਆਪ ਕੱਢਣਗੇ ਘਰੋਂ। ਦੇਖੀ ਕੌਣ? ਮੈਂ ਨਹੀਂ ਕੱਢਣਾ, ਆਪਣੇ ਕੱਪੜੇ ਆ ਜਿੰਨੇ ਕ ਦੋ ਆ ਉਹ ਲੈ ਆਈਓ, ਬਾਕੀ ਉੱਥੋਂ ਨਵੇਂ ਸ਼ਹਿਰੋਂ ਲੈ ਲਵਾਂਗੇ। ਠੀਕ ਹੈ ਠੀਕ ਹੈ ਚਲੋ। ਏਦਾਂ ਏਦਾਂ ਦੇ ਬੰਦਾ ਬੁਲਾ ਕੇ ਜਾਂਦੀ ਉਂਗਲੀ ਨਾ ਕਰਕੇ, ਜਿਹਨੂੰ ਵੀ ਡਰਾ ਕੇ ਕਹਿ ਕੇ ਜਾਂਦੀ ਸੀ ਨੇਹਾ ਦੇ ਕੇ। ਚਲੋ ਧਮਕੀ ਸੀ ਕਿ ਸਦਾ ਤੇ ਹੁਣ ਬੈਠੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਫਿਰ ਓਕੇ ਕਰਦੇ ਕੰਟੀਨਿਊ ਬਲੌਗ। ਇੱਧਰ ਨੌਫੀ ਕਹਿੰਦੇ ਅੱਜ ਘਰੋਂ ਭੱਜ ਗਿਆ, ਉਹਨੂੰ ਆਦਤ ਪੈ ਗਈ ਆ, ਗੇਟ ਬਣ ਜਾ ਖੁੱਲਦਾ ਤੇ ਭੱਜ ਜਾਂਦਾ, ਗੋਲੀ ਬਣ ਜਾਂਦਾ ਬਾਹਰ ਨੂੰ। ਸੋ ਤੁਹਾਨੂੰ ਦਿਖਾਉਣਾ ਮੈਂ, ਆਹ ਦੇਖੋ ਆਹ ਹੋ ਗਿਆ ਇੱਧਰੋਂ, ਇਹ ਵਾਲੀ ਚੀਜ਼ ਹੋ ਗਈ। ਮਤਲਬ ਲੋਕ ਵੀ ਸੀਕ ਆ, ਸਾਰਾ ਕੁਝ ਠੀਕ ਆ, ਆ ਟਾਇਰ ਇਹਦੇ ਵਿੱਚ ਵੱਜਿਆ, ਆਹ ਸ਼ਾਇਦ ਪਹਿਲਾਂ ਵੀ ਇੱਕ ਵਾਰੀ ਨਿਕਲ ਗਿਆ ਸੀਗਾ, ਟੁੱਟਿਆ ਹੀ ਹੋਊਗਾ, ਅਤੇ ਉਹ ਟੁੱਟਿਆ ਹੀ ਦੁਬਾਰਾ ਮਤਲਬ ਹਿੱਲ ਕੇ ਇੱਥੋਂ ਟੁੱਟ ਗਿਆ, ਨਾਲ ਉਹ ਵੱਜ ਕੇ ਜ਼ੋਰ ਨਾ, ਉਹਦੇ ਕਰਕੇ ਹੋ ਗਿਆ, ਚੱਕਰ ਪੈ ਗਿਆ। ਵੈਸੇ ਰਿਮ ਵਿੱਚ ਕੋਈ ਮਤਲਬ ਕੋਈ ਚੱਕਰ ਨਹੀਂ ਪਿਆ, ਟੋਆ ਇੰਨਾ ਕੁ ਸੀ ਗਿੱਠਕ ਦਾ, ਉਹ ਹੌਲੀ ਹੋਣ ਦੀ ਸਪੀਡ ਨਾਲ ਜ਼ੋਰ ਨਾਲ ਤਾਂ ਵੱਜਿਆ, ਸ਼ੁਕਰ ਨੇ ਉੱਪਰ ਮਾਰਿਆ, ਇੰਨੀ ਕੁ ਜਗ੍ਹਾ ਸੀ ਨਾ ਵਿੱਚ।
ਉਹਦੇ ਕਰਕੇ। ਅਤੇ ਹੁਣ ਸਵੇਰ ਨੂੰ ਪਤਾ ਕੀਤਾ, ਉਹ ਕਹਿੰਦੇ ਮਿਲ ਜੂਗਾ ਉੱਥੇ ਸਪੇਅਰ ਪਾਰਟ ਹੈਗਾ ਆ, ਅਤੇ ਉਹ ਸਵੇਰ ਨੂੰ ਫਿਰ ਕਰਾਉਂਦੇ ਹਾਂ ਜਾ ਕੇ ਤਾਂ ਕੀ ਕਰਦੇ ਆ। ਨਵਾਂ ਪਾਉਂਦਾ ਤੁਹਾਨੂੰ ਦਿਖਾਉਣਾ, ਅਤੇ ਉਹ ਮੈਂ ਇਹਦੇ ਵਿੱਚ ਰੱਖ ਲਿਆ ਚੱਕ ਕੇ, ਆਹ ਦੇਖੋ ਇੱਦਾਂ ਉੱਪਰ ਟਾਇਰ ਲੱਗ ਲੱਗ ਕੇ ਝੀਟ ਪਈ ਹੋਈ ਸੀਗੀ ਸਾਰੀ, ਇੱਥੋਂ ਟੁੱਟ ਗਿਆ। ਚਲੋ ਕੋਈ ਚੱਕਰ ਨਹੀਂ, ਤੋ ਚੱਲਦੀਆਂ ਗੱਡੀਆਂ ਮਾੜਾ ਮੋਟਾ ਤੁਹਾਨੂੰ ਪਤਾ ਲੱਗਦਾ ਹੀ ਹੁੰਦਾ ਗੱਡੀਆਂ ਦਾ, ਇੰਨਾ ਖੋਈ ਜਾਂਦਾ ਇੱਕ ਟਾਇਰ ਵੱਡੇ ਕਰਕੇ ਨਾ, ਤਾਂ ਸ਼ਾਇਦ ਹੋ ਗਿਆ ਉਹ ਵੈਸੇ ਤਾਂ ਉਦੋਂ ਚੱਕਰ ਪੈਣਾ ਨਹੀਂ ਚਾਹੀਦਾ ਸੀ, ਨਹੀਂ ਤਾਂ 2 ਸਾਲ ਹੋ ਗਏ, 2.5 ਸਾਲ ਹੋ ਗਏ, 2.5 ਸਾਲ ਹਾਂ ਹੋ ਗਏ, ਜਦ ਤੱਕ ਕੋਈ ਚੱਕਰ ਨਹੀਂ ਪਿਆ, ਟਾਇਰ ਐਡੇ ਵੱਡੇ ਸੀਗੇ, ਇਹ ਮਤਲਬ ਜਿਹੜੀ ਚੀਜ਼ ਹਿੱਲਣੀ ਹੁੰਦੀ ਉਹ ਹਿੱਲਣੀ ਹੁੰਦੀ ਆ। ਚਲੋ ਬਾਕੀ ਚੱਲਦੇ ਹਾਂ ਫਿਰ ਕਰਦੇ ਕੰਟੀਨਿਊ। ਲਓ ਵੀ ਟਾਈਮ 9 ਵੱਜ ਗਏ ਅਤੇ ਹੁਣ ਆਪਾਂ ਚੱਲੇ ਹਾਂ ਬਾਹਰ ਕੁਛ ਖਾਣ ਪੀਣ। ਪਹਿਲਾਂ ਸਾਡੀ ਪਲੈਨਿੰਗ ਸੀਗੀ ਕਿ ਸ਼ਾਇਦ ਅਸੀਂ ਵਾਪਸ ਚਲ ਜਾਣਾ, ਪਰ ਉਹ ਕਹਿੰਦੇ ਨਹੀਂ ਜਾਣ ਦੇਣਾ, ਮੈਂ ਭਾਈ ਦੀ ਟੋਪੀ ਵੀ ਲੈ ਲਈ ਆ, ਅਤੇ ਬਾਕੀ ਹੁਣ ਦੇਖਦੇ ਹਾਂ ਕੀ ਬਣਦਾ, ਅਤੇ ਹੁਣ ਆਪਾਂ ਚੱਲੇ ਹਾਂ ਖਾਣ ਪੀਣ। ਚਲੋ ਕੀ ਹੋ ਗਿਆ, ਮੈਂ ਕਿਹਾ ਪਹਿਲਾਂ ਸਾਡੀ ਪਲੈਨਿੰਗ ਸੀਗੀ ਵਾਪਸ ਚਲ ਜਾਣਾ, ਪਰ ਸਾਨੂੰ ਜਾਣ ਨਹੀਂ ਦਿੱਤਾ, ਸਾਨੂੰ ਧਮਕੀ ਦੇ ਦਿੱਤੀ। ਪਤਾ ਕੀ ਕਹਿੰਦੇ ਹੌਲੀ ਕਿਤੇ ਨੇ, ਫਿਰ ਆਪਾਂ ਚੱਲੀਏ ਹੁਣ, ਕਹਿੰਦੇ ਹੁਣ ਤਾਂ ਟਾਈਮ ਹੈਗਾ ਅਜੇ ਮੁੜ ਸਕਦੇ ਆ। ਮੈਂ ਕਿਹਾ 5 ਘੰਟਾ ਲੱਗਣਾ ਵਾ ਅਸੀਂ, ਮੈਂ ਕਿਹਾ ਕਾਰ ਦੇ ਗੇਟਾਂ 'ਚ ਫੜਾ ਕੇ ਮੁੜ ਜਾਂਦੇ, ਕੋਈ ਚੱਕਰ ਨਹੀਂ, ਫੜਾ ਤਾਂ ਅੰਦਰ ਜਾ ਕੇ ਆਇਆ ਯਾਰ, ਨੋਫੀ ਲਾ ਪਤਾ ਹੋਇਆ ਵਾ ਪਾਉਨੇ, ਮੈਂ ਦੱਸ ਗੇੜੇ, ਮੈਂ ਕਿਹਾ ਨੋਫੀ ਵਿਗੜ ਗਿਆ, ਵਿਗੜ ਗਿਆ ਯਾਰ, ਅਸੀਂ ਆਏ ਨਹੀਂ ਚਾ ਥੋੜਾ ਟਾਈਮ। ਸਹੀ ਗੱਲ ਆ, ਹੁਣ ਡਰ ਨਹੀਂ ਰਿਹਾ ਕਿਸੇ ਦਾ, ਉਹਨੂੰ ਡਰ ਨਹੀਂ, ਨਾਲੇ ਉਹਨੂੰ ਪਤਾ ਸੀ ਵੀ ਤੁਸੀਂ ਆਉਣਾ, ਰਿਸ਼ਤੇਦਾਰਾਂ ਨੇ ਆਉਣਾ, ਤਾਂ ਤਾਂ ਨਹੀਂ ਭੱਜ ਗਿਆ, ਸੇਵਾ ਕਰ। ਚਲੋ ਸਹੀ ਆਣ ਚੱਲੀਏ, ਤੇ ਫੇਰ ਕਰਦੇ ਬਲੌਗ ਕੰਟੀਨਿਊ। ਭਾਜੀ ਵੀ ਆ ਗਏ, ਲਾਡੀ ਕੁੱਪੇ ਵਾਲਾ ਕਹਿੰਦੇ, ਪਵਨਾ ਵੀਰਾ ਦੇਖ ਲਓ ਨਵਾਂ ਸ਼ਹਿਰ ਤੋਂ ਆ, ਕੁੱਪਿਆਂ ਨੂੰ ਕਹਿ ਕੇ ਨੰਗੂਗਾ, ਦੇ ਦੇ ਨੰਗਣ ਦਿੰਦੇ ਆ ਕਿ ਨਾ, ਤੋਲ ਬਚਾਉਣਾ ਆ ਆਪਾਂ। ਯੋ ਕੁੱਪਿਆਂ ਤੋਂ ਭਾਜੀ, ਚੱਕਦੇ ਮਾਮਾ ਹੁਣ ਚੱਕਿਆ ਨਹੀਂ, ਜੋ ਪਛਾਣ ਕਰ ਰਿਹਾ, ਬਸ ਉਹਨਾਂ ਨੂੰ 40 ਰੁਪਏ ਵਾਪਸ ਕਰੋ, ਤੂੰ ਕਹਿੰਦੀ ਕੁੱਬੇ ਸਾਨੂੰ ਆਇਓ ਆ, ਅੱਗੇ ਤਾਂ ਪੈਦੇ ਕਹਿਣ ਕੁੱਬੇ ਆ, ਸਵੇਰੇ ਆਈ ਕਿ ਲੰਘ ਜਾਓ ਗੱਲ ਨੂੰ, ਸਹੀ ਗੱਲ ਆ, ਉਧਰ ਕਿੰਨਾ ਸੋਹਣਾ ਲੱਗਦਾ, ਉਹਨੇ ਇਹ ਤਾਂ ਮੈਨੂੰ ਪਤਾ ਆ, ਲੜੀਆਂ ਐ ਲਾਈਆਂ ਹੁੰਦੀਆਂ ਵੀ ਐ ਆਜੋ ਸਿੱਧੀ, ਹੋਰ ਕੀ, ਜਾਈ ਤੇ ਨੂੰ ਆਜੋ, ਕੋਈ ਮੁੱਖ ਮੰਤਰੀ ਬਣਾ ਦੇ, ਮੈਂ ਪਹਿਲਾਂ ਠੇਕੇ ਬੰਦ ਕਰਾਵਾਂ। ਵਾਓ, ਚਲੋ ਵੋਟ ਫੋਰ ਗੁਰਲੀਨ, ਗੱਡੀ ਚ ਉਤਰ, ਤੂੰ ਤਾਂ ਨਹੀਂ ਬਣਨਾ, ਬਣ ਜਾਣਾ ਸੀਗਾ ਪਹਿਲੇ। ਚਲੋ ਜੀ ਹੁਣ ਆਪਾਂ ਬਸ ਪਹੁੰਚਣ ਲੱਗੇ ਆ, ਇੱਥੇ ਪਤਾ ਨਹੀਂ ਕਿੱਥੇ ਆਏ ਆ ਆਪਾਂ, ਮੈਂਗੋ ਟ੍ਰੀਟ ਲੈਣ ਕਿਹੜਾ ਆ, ਕੁਈਨ ਕੁਈਨ ਫਲਾਵਰ, ਕੁਈਨ ਫਲਾਵਰ, ਉਹ ਮੈਂਗੋ ਟ੍ਰੀਟ ਕਿੰਨਾ ਪਿਆਰਾ ਲੱਗਦਾ ਬਣਿਆ ਯਾਰ, ਔਰ ਰੈੱਡ ਮੈਂਗੋ, ਪਵਨ ਵੀਰ ਨੇ ਆਪਦਾ ਹੀ ਨਾਮ ਰੱਖਤਾ, ਕਿਹੜਾ ਸੀ, ਮੈਂਗੋ ਟ੍ਰੀਟ, ਮੈਂਗੋ ਟ੍ਰੀਟ, ਕਿੰਨਾ ਸੋਹਣਾ ਲੱਗਦਾ ਹਨਾ, ਹਾਲੇ ਤਾਲੇ ਦੂਜਾ ਬਾਜੀ ਦਾ ਪੂਰਾ ਦੇਸੀ ਸਟਾਈਲ ਆ, ਸਹੀ ਗੱਲ ਆ, ਪਰ ਲੱਗਦੇ ਡਿਫਰੈਂਟ ਆ ਸਾਰਿਆਂ ਦੇ ਬੈਠੇ, ਪਤਾ ਲੱਗਦਾ ਪੈ ਐਨ ਆਰ ਆਈ ਆਏ ਆ, ਦੇਸੀ ਆ ਪੈਨ ਆਰ ਇੱਥੇ ਆਏ ਸੀ ਆਪਾਂ, ਬੜਾ ਸੋਹਣਾ ਲੱਗਾ ਰੈਸਟੋਰੈਂਟ, ਤੇ ਮੈਨਿਊ ਭਾਜੀ ਨੇ ਦੋ ਦੋ ਖੋਲੇ ਆ, ਆਰਡਰ ਇੱਕ ਦਾ ਵੀ ਦਿੱਤਾ,
ਮੈਨੂੰ ਦੇਖ ਲਿਆ ਨਾ ਬੰਦਾ ਇੱਕੋ ਹੀ ਆ, ਸਾਰਿਆਂ ਦੇ ਸਮਝਦਾ ਲੱਗਦਾ। ਮੈਂ ਕਹਿੰਦਾ ਤੁਸੀਂ ਦੇਖਿਆ ਭਾਜੀ ਨੂੰ ਮੈਨੂੰ ਫੜਾ ਗਿਆ ਤਿੰਨਾਂ ਦੇ, ਏਦਾਂ ਆ ਕਹਿੰਦੇ ਹੁਣ ਇਹਨਾਂ ਨੇ ਆਰਡਰ ਕਰਨਾ ਲਾਤਾ ਨਿਆਣਿਆਂ ਲਈ। ਸਵੀਟ ਫਲਾਵਰ ਵਧੀਆ ਆ, ਬਹੁਤ ਸੋਹਣਾ ਲੱਗਾ ਮੈਨੂੰ। ਬਾਕੀ ਦੇਖਦੇ ਹੁਣ ਕੀ ਮੰਗਵਾਉਂਦੇ ਆ। ਫੂਡ ਅਸੀਂ ਪੈਕ ਵੀ ਕਰਾ ਲਿਆ, ਚਲੋ ਬਹੁਤ ਸੋਹਣਾ ਲੱਗਾ, ਬਹੁਤ ਵਧੀਆ ਫੂਡ ਸੀਗਾ ਉਹਨਾਂ ਦਾ। ਅਤੇ ਆ ਘਰੇ ਜਾ ਕੇ ਲਾਵਾਂਗੇ ਖਾਵਾਂਗੇ, ਕਿਉਂਕਿ ਆਪਾਂ ਪਹਿਲਾਂ ਜਾਣਾ ਹੈਗਾ, ਆਪਾਂ ਮੂਵੀ ਦੇਖਣ, ਕਹਿੰਦੇ ਮੂਵੀ ਦੇਖਣੀ ਜਾਣਾ। ਆਹ ਫੜ ਫਿਰ ਰੋਟੀ, ਆਹ ਫੜਾ ਚਾਬੀ, ਚਲੋ ਕਰਦੇ ਫਿਰ ਕੰਟੀਨਿਊ। ਔਖਾ ਅਚਾਰ ਦਾ ਰੌਲਾ ਪੈ ਗਿਆ ਭਾਜੀ ਦੀ, ਅੱਜ ਅਚਾਰ ਪਿੱਛੇ ਗਦਾਰੀ ਫਸ ਗਈ ਇੱਥੇ। ਕਹਿੰਦੇ ਯਾਰ ਬਾਹਲਾ ਚਲਾ ਗਿਆ ਤੂੰ, ਕਹਿੰਦੇ ਕੀ ਹੋਇਆ, ਜੋ ਤੈਨੂੰ ਕਿਹਾ ਤਾਂ ਅਚਾਰ ਪਾਇਆ ਤੂੰ, ਪਹਿਲਾਂ ਤਾਂ ਅਚਾਰ ਪਾਇਆ। ਸਹੀ ਗੱਲ ਆ, ਚਲੋ ਸਹੀ ਆ, ਮੈਂ ਮਾੜੇ ਗੱਡੀ ਲਿਆਵਾਂ ਅਤੇ ਫਿਰ ਆਪਾਂ ਚੱਲੀ, ਰੱਖ ਲੈ ਇੱਥੇ ਫੜ ਲੈ ਕੋਈ ਨਹੀਂ। ਹਾਂਜੀ ਕੀ ਹਾਲ ਚਾਲ ਆ ਪ੍ਰਧਾਨ, ਅਤੇ ਲਓ ਜੀ ਹੁਣ ਤਾਂ ਘਰੇ ਬੈਠੇ ਤੁਹਾਨੂੰ ਪਛਾਣ ਆ ਗਈ ਹੋਣੀ ਆ, ਤੁਸੀਂ ਵਲੋਗ ਦੇਖ ਲਿਆ ਸਾਰਾ, ਅਤੇ ਵਲੋਗ ਇੰਜੋਏ ਕੀਤਾ ਹੋਊਗਾ ਤਾਂ ਚੈਨਲ ਸਾਡੇ ਸਬਸਕ੍ਰਾਈਬ ਕਰ ਲਿਓ, ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ। ਅਤੇ ਕਾਰਡ ਆਪਣੇ ਬਣ ਗਏ ਆ, ਅਤੇ ਇਸ ਵੱਲੋਂ ਦੇਖਣ ਇਕੱਲੇ ਆਪਾਂ ਨੂੰ ਕਾਰਡ ਮਿਲੇ ਆ, ਸੋ ਇਕੱਲੇ ਆਪਾਂ ਬਾਬਾ ਜੀ ਨੂੰ ਪਹਿਲਾਂ ਮੱਥਾ ਟੇਕ ਲਿਆ ਗੁਰਦੁਆਰਾ ਸਾਹਿਬ ਵਿੱਚ, ਇੱਕ ਦੋ ਕਲਿੱਪਾਂ ਕੱਟ ਦਿੱਤੀਆਂ ਕਿਰਨ ਨੇ ਗਲਤੀਆਂ, ਅਤੇ ਉਹਦੇ ਕਰਕੇ ਵਲੋਗ ਥੋੜ੍ਹਾ ਛੋਟਾ ਵੀ ਰਹਿ ਗਿਆ, ਅਤੇ ਨਾਲ ਉਹਦੇ ਵਿੱਚ ਥੋੜ੍ਹਾ ਤੁਹਾਨੂੰ ਪਤਾ ਨਹੀਂ ਲੱਗਾ ਹੋਣਾ, ਸਭ ਤੋਂ ਪਹਿਲਾਂ ਕਾਰਡ ਦਿੱਤਾ ਆਪਾਂ ਗੁਰਦੁਆਰਾ ਸਾਹਿਬ, ਅਤੇ ਦੂਜਾ ਆਪਾਂ ਦੇਣ ਚਲੇ ਗਏ ਸੀ। ਅਤੇ ਬਾਕੀ ਜਿਹੜੇ ਕਾਰਡ ਉਹ ਜੋ ਲਾਗੀ ਨੇ ਸਾਰੇ ਵੰਡਣੇ, ਜਿਹੜੇ ਖਾਸ ਖਾਸ ਆਪਣੇ ਰਿਸ਼ਤੇਦਾਰ ਆ, ਅਤੇ ਜਿੱਥੇ ਲਾਗੀ ਨਹੀਂ ਜਾ ਸਕਦਾ ਠੀਕ ਹੈ, ਉੱਥੇ ਆਪਾਂ ਜਾਵਾਂਗੇ, ਉੱਥੇ ਆਪਣਾ ਮਤਲਬ ਕਾਰਡ ਦੇਣ ਦੋ ਚਾਰ ਦਿਨ ਜਾਵਾਂਗੇ, ਅਤੇ ਉਹ ਤੋਂ ਬਾਅਦ 'ਚ ਫਿਰ ਆਪਾਂ ਬਿਜ਼ੀ ਹਾਂ, ਕਿਉਂਕਿ ਆਪਣੇ ਵਿਆਹ ਦੇ ਦਿਨ ਸ਼ੁਰੂ ਹੋ ਗਏ ਆ, ਅਤੇ ਬਾਕੀ ਚਲੋ ਸਭ ਠੀਕ ਠਾਕ ਆ। ਹੂੰ ਗੱਲ ਕਰੀਏ ਨਾ, ਚਲੋ ਠੀਕ ਹੈ, ਸਾਨੂੰ ਮਿਲਦੇ ਆ ਅਗਲੇ ਵਲੋਗ ਦੇ ਵਿੱਚ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਲਾਈਕ ਕਰ ਦਿਓ, ਸੋਹਣਾ ਕਮੈਂਟ ਜ਼ਰੂਰ ਕਰੋ। ਚੰਗਾ ਜੀ, ਬਾਏ ਬਾਏ। ਮੰਮੀ ਕਿੱਦਾਂ ਫਿਰ ਦੇਖੀ, ਸੁਣਦੀ ਆ ਤੇਰੀਆਂ ਗੱਲਾਂ ਹੱਥ ਜੋੜ ਕੇ, ਤੁਸੀਂ ਇਹ ਗੱਲਾਂ ਸੁਣੀਆਂ ਹੀ ਨਹੀਂ ਮੇਰੀਆਂ, ਇੰਨੇ ਸਾਲ ਹੋ ਗਏ ਤੁਹਾਨੂੰ, ਅੱਜ ਪਤਾ ਲੱਗਾ ਮੇਰੀਆਂ ਗੱਲਾਂ ਇਦਾਂ ਦੀਆਂ ਹੋਣੀਆਂ। ਏਦਾਂ ਉਹ ਮੈਂ ਬੋਲਦਾ ਹੀ ਇਦਾਂ ਮਿੱਠਾ ਬਹੁਤ ਆ, ਤੁਸੀਂ ਆਪਣੀ ਦੀਦੀ ਨੂੰ ਦਰਿਆ ਬਣਾ ਕੇ ਖਿਲਾਓ। ਮੈਂ ਬੋਲਦਾ ਹੀ ਬਹੁਤ ਪਿਆਰ ਨਾਲ, ਫਿਰ ਤਾਂ ਜਿਹੜਾ ਲੰਘਦਾ ਪਤਾ ਤਾਂ ਉਹ ਵੀ ਖੜ ਜਾਂਦਾ ਗੱਲਾਂ ਸੁਣਨ ਨੂੰ, ਬਈ ਔਰ ਇੰਨੀ ਮਿਠਾਸ, ਇੰਨੀ ਮਿੱਠੀ ਆਵਾਜ਼ ਕਿੱਧਰੋਂ ਆ ਰਹੀ ਆ, ਏਦਾਂ ਆ। ਬਾਕੀ ਚਲੋ ਠੀਕ ਹੈ, ਮਿਲਦੇ ਅਗਲੇ ਵਲੋਗ 'ਚ, ਬਾਏ ਬਾਏ।